हाँ जी कितनी है जीरे ਤੁਹਾਨੂੰ ਕਿਦਾਂ ਪਤਾ ਲੱਗਾ ਫੋਨ ਕੀਤਾ ਹੀ ਦੇਵਰ ਨੇ ਹਾਂਜੀ ਕੀ ਕਹਿੰਦੇ ਕਹਿੰਦੇ ਐਕਸੀਡੈਂਟ ਹੋ ਗਿਆ ਮੇਰੇ ਤੇ ਛੇਤੀ ਪਹੁੰਚੀ ਹਾਂ ਕਿਦਾਂ ਉਹਨਾਂ ਦੀ ਸਿਹਤ ਹਾਂਜੀ ਕੋਈ ਪਤਾ ਨਹੀਂ ਹੁਣ ਡਾਕਟਰ ਚੈੱਕ ਕਰਦੇ ਫੇਰ ਹੀ ਪਤਾ ਚੱਲਦਾ ਓਕੇ ਸਰ ਇਹ ਜਿਹੜਾ ਐਕਸੀਡੈਂਟ ਹੈਗਾ ਜੀ ਇੱਕ ਚੀਰ ਦੀ ਖੂਹ ਦੇ ਕੋਲ ਬੈਲੈਂਸ ਬੱਸ ਜਿਹੜਾ ਪਟਾ ਸੀਗਾ ਉਹ ਟੁੱਟ ਗਿਆ ਜਿਹਦੇ ਕਰਕੇ ਅਨਬੈਲੈਂਸ ਹੋਣ ਕਰਕੇ ਬੱਸ ਜਿਹੜੀ ਹੈਗੀ ਸਫੇਦੇ ਨਾਲ ਟਕਰਾਈ ਹੈਗੀ ਹਾਂਜੀ ਤੇ ਲਗਭਗ 10 ਤੋਂ 12 ਜਣੇ ਦੱਸ ਰਹੇ ਨੇ ਕਿ ਜਿਹੜੇ ਮਤਲਬ ਇਹ ਐਕਸੀਡੈਂਟ ਦੇ ਵਿੱਚ ਥੋੜੇ ਮਤਲਬ ਜਿਨ੍ਹਾਂ ਨੂੰ ਜ਼ਖਮੀ ਹੋਏ ਨੇ ਤੇ 5 ਜਿਹੜੇ ਜ਼ਖਮੀ ਲੋਕ ਨੇ ਉਹ ਸਿਵਲ ਮੁਕੇਰੀਆਂ 'ਚ ਲੈ ਕੇ ਆਉਂਦੇ ਨੇ ਬਾਕੀ ਲੋਕ ਨੇ ਜਿਹੜੇ ਉਹ ਹਾਜੀਪੁਰ ਸੀਐਸਸੀ ਵਿੱਚ ਨੇ ਜਿਨ੍ਹਾਂ ਦਾ ਉੱਥੇ ਟ੍ਰੀਟਮੈਂਟ ਚੱਲ ਰਿਹਾ ਹੈ ਹਾਂਜੀ ਕੀ ਇਹਦੇ ਵਿੱਚ ਬੱਸਾਂ ਦੀ ਅਣਗਹਿਲੀ ਕਿਹਦੀ ਅਣਗਹਿਲੀ ਹੋਈ ਹੈ ਅਣਗਹਿਲੀ ਨਹੀਂ ਜੀ ਬੱਸ ਦਾ ਪਟਾ ਜਿਹੜਾ ਹੈ ਉਹ ਟੁੱਟ ਗਿਆ ਹੈ ਜੀ ਉਹਦੇ ਕਰਕੇ ਉਹ ਬੱਸ ਜਿਹੜੀ ਅੰਦਰ ਸੁੱਕ ਗਈ ਠੀਕ ਹੈ ਜੀ ਜਿਹੜੇ ਆ ਕੋਈ ਕਹਿ ਰਹੇ ਸੀਗੇ ਕਿ ਬੱਸ ਫਲਟੀ ਹੈ ਉੱਥੇ ਹਾਜੀਪੁਰੀ ਫਰਸਟ ਏਡ ਹੋ ਕੇ ਇੱਥੇ ਆਏ ਆ ਪੇਸ਼ੈਂਟ ਜਿਹੜੇ ਜ਼ਿਆਦਾ ਸੀਰੀਅਸ ਸੀ ਪੇਸ਼ੈਂਟ ਇੱਥੇ ਭੇਜ ਦਿੱਤੇ ਉਹਨਾਂ ਨੇ ਹਾਂ ਕਿੰਨੇ ਪੇਸ਼ੈਂਟ ਆਏ ਹੋ ਇਸ ਵੇਲੇ 4 ਪੇਸ਼ੈਂਟ ਆਏ ਆ ਸਾਡੇ ਕੋਲ ਇੱਕ ਜ਼ਿਆਦਾ ਸਿੱਕ ਹੈ ਉਹਨੂੰ ਇਹ ਰੈਫਰ ਕਰਨ ਦੇ ਅੱਛਾ ਇੱਕ ਪੇਸ਼ੈਂਟ ਜ਼ਿਆਦਾ ਸਿੱਕ ਰਤਨ ਕੌਰ ਹਾਂਜੀ ਹਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਇਹ 4 ਪੇਸ਼ੈਂਟ ਤਾਂ ਠੀਕ ਹੈ ਮਤਲਬ ਇੱਕ ਜਿਹੜਾ ਰੈਫਰ ਕਰਨ ਲੱਗੇ ਉਹ ਜ਼ਿਆਦਾ ਸੀਰੀਅਸ ਹੈ ਬਾਕੀ 3 ਤਾਂ ਠੀਕ ਹੈ ਇੱਥੇ ਰਹਿ ਰਹਿਣਗੇ ਓਕੇ ਸਰ ਤੁਹਾਨੂੰ ਸਲਾਹ ਮਿਲੀ ਸੀ ਮੈਂ ਅੱਜ ਜੀ ਆਪਣੀ ਮੋਚੀ ਬੱਸ ਦਾ ਐਕਸੀਡੈਂਟ ਹੋਇਆ ਸਫੈਦੇ ਵਿੱਚ ਵੱਜ ਗਈ ਹੈ ਜਿਸ 'ਤੇ ਅਸੀਂ ਮੌਕੇ ਪਰ ਪਹੁੰਚੇ ਹਾਂ ਮੌਕੇ 'ਤੇ ਜਿਹੜੇ ਇੰਜਰਡ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਦਵਾਈ ਦਾ ਪ੍ਰਬੰਧ ਕਰਕੇ ਹਸਪਤਾਲ ਪਹੁੰਚਾਇਆ ਗਿਆ ਅਤੇ ਬਾਕੀ ਅਗਲੀ ਕਾਰਵਾਈ ਕਰ ਰਹੇ ਸਰ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਜੇ ਕਿ ਕੋਈ ਨਾ ਹੋਇਆ ਇੰਜਰਡ ਹੋਏ ਜੇ ਕੁਛ ਕਿੰਨੇ ਕੁ ਵੱਧ 3 ਵਿਅਕਤੀ ਜਿਹੜੇ ਅਸੀਂ ਭੇਜੇ ਆ ਅਤੇ ਜ਼ਿਆਦਾ ਇੰਜਰ ਸੀ ਕੁਝ 5-4 ਬੰਦੇ ਹੋਰ ਜਿਹੜੇ ਉਹ ਇਹਨੇ ਚੱਲ ਕੇ ਸਰ ਕੀ ਕਾਰਨ ਰਿਹਾ ਹੈ ਕਿ ਐਕਸੀਡੈਂਟ ਦਾ ਇਹਦੇ ਬਾਰੇ ਹੁਣ ਪੜਤਾਲ ਕਰਕੇ ਦੱਸਿਆ ਜਾ ਸਕਦਾ ਬਾਅਦ ਵਿੱਚ